हेलो क्लास प्लस वन, कैसे हो बेटे? ठीक हो सारे? माई सेल्फ मनिका मनखंड, लेक्चर फिजिक्स, गवर्नमेंट सीनियर सेकेंडरी स्कूल, लंग डिस्ट्रिक्ट पटियाला। हाँ बेटा, आज जिहड़ा मेरा थॉट है ना, राजे ध्यान नाल सुनियो सारे, ते ये नहीं कि सुन के छड़ देना, ठीक है बेटे? उन्होंने अपने दिल दिमाग च बसा लई हो, फिर तुसी मेहनत करनी है राजे। देखो, मंजिल नू पाना कोई मुश्किल नहीं होंदा, है ना? सो थॉट मेरा है, द डिजायर टू सक्सीड means nothing without the will to prepare. ਤੁਹਾਡੇ ਸਾਰਿਆਂ ਦਾ ਮੈਨੂੰ ਪਤਾ ਹੈ ਕਿ ਦਿਲ ਕਰਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਨਾਮ ਕਮਾਓ, ਹੈ ਨਾ? ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਰਹੋ, ਸਭ ਦਾ ਦਿਲ ਕਰਦਾ ਹੁੰਦਾ ਹੈ ਨਾ? ਤਾਂ ਹੀ ਤੁਸੀਂ ਸਾਇੰਸ ਸਟ੍ਰੀਮ ਦੇ ਵਿੱਚ ਆਏ ਹੋ। ਸਾਇੰਸ ਵਾਲਿਆਂ ਨੂੰ ਤਾਂ ਵੈਸੇ ਹੀ ਬਹੁਤ ਸ਼ੌਕ ਹੁੰਦਾ ਹੈ ਕਿ ਅਸੀਂ ਕੁਛ ਐਸਾ ਕਰੀਏ ਕਿ ਸਾਡੇ ਮੰਮੀ ਪਾਪਾ ਦਾ ਨਾਮ ਰੋਸ਼ਨ ਹੋਏ, ਹੈ ਨਾ? ਤਾਂ ਹੀ ਅਸੀਂ ਇੰਨੀ ਡਿਫੀਕਲਟ ਫੀਲਡ ਜਿਹੜੀ ਹੈ ਚੂਜ਼ ਕਰ ਲੈਂਦੇ ਹਾਂ ਪਹਿਲਾਂ। ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਸੌਖੇ ਸੌਖੇ ਸਬਜੈਕਟ ਵੀ ਹੈਗੇ ਆ, ਬਟ ਅਸੀਂ ਸਾਇੰਸ ਚੁਣਦੇ ਹਾਂ ਨਾ, ਇਹਦਾ ਮਤਲਬ ਅਸੀਂ ਸਾਰੇ ਸਕਸੈਸਫੁਲ ਹੋਣਾ ਚਾਹੁੰਦੇ ਹਾਂ ਲਾਈਫ ਦੇ ਵਿੱਚ। ਲੇਕਿਨ ਬੇਟੇ, ਸਿਰਫ ਚੂਜ਼ ਕਰਨ ਨਾਲ ਜਾਂ ਸੋਚਣ ਨਾਲ ਕੁਛ ਨਹੀਂ ਹੁੰਦਾ। ਤੁਹਾਡੇ ਅੰਦਰੋਂ ਵਿਲ ਪਾਵਰ ਆਉਣੀ ਜ਼ਰੂਰੀ ਹੈ ਕਿ ਅਸੀਂ ਪ੍ਰਿਪਰੇਸ਼ਨ ਕਰਨੀ ਹੈ, ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ, ਠੀਕ ਹੈ ਬੇਟੇ? ਸਾਰਿਆਂ ਨੇ ਆਪਣੀ ਉਹ ਜਿਹੜੀ ਪ੍ਰਿਪਰੇਸ਼ਨ ਹੈ, ਆਪਣੇ ਦਿਲ ਦਿਮਾਗ ਨੂੰ ਰੋਜ਼ ਸਮਝਾਉਣਾ ਹੈ ਕਿ ਅਸੀਂ ਜ਼ਿੰਦਗੀ 'ਚ ਕੁਛ ਨਾ ਕੁਛ ਕਰਨਾ ਹੈ। ਅਸੀਂ ਇਹ 2 ਸਾਲ ਆਪਣੀ ਐਜੂਕੇਸ਼ਨ ਨੂੰ ਦੇਣੇ ਹੈ ਚੰਗੀ ਤਰ੍ਹਾਂ, ਤਾਂ ਕਿ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਕੁਛ ਸਿੱਖੀਏ ਅਤੇ ਬਹੁਤ ਕੁਛ ਗੇਨ ਕਰੀਏ, ਹੈ ਨਾ? ਇਹ 2 ਸਾਲ ਬੇਟਾ ਤੁਹਾਡੀ ਜ਼ਿੰਦਗੀ ਦੇ ਬਹੁਤ ਇੰਪੋਰਟੈਂਟ ਸਾਲ ਹੈ। ਇਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਅਗਰ ਯੂਜ਼ ਕਰ ਲਉਂਗੇ, ਯੂਟੀਲਾਈਜ਼ ਕਰ ਲਉਂਗੇ ਸਟੱਡੀ ਲਈ, ਤਾਂ ਤੁਸੀਂ, ਮੈਂ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਨਾਮ ਕਮਾਓਗੇ, ਠੀਕ ਹੈ ਬੇਟੇ? ਅਤੇ ਬਹੁਤ ਪੈਸਾ ਵੀ ਕਮਾਓਗੇ, ਜਿਹੜਾ ਕਿ ਨੀਡ ਹੈ ਨਾ। ਸਾਇੰਸ ਵਾਲੇ ਬੱਚੇ ਕਦੀ ਮਾਰ ਨਹੀਂ ਖਾਂਦੇ। ਦੇਖੋ, ਮੈਂ ਹਮੇਸ਼ਾ ਕਹਿੰਦੀ ਹਾਂ, ਕੁਛ ਨਹੀਂ ਤਾਂ ਕੁਛ ਨਾ ਕੁਛ ਕੰਮ ਤਾਂ ਸਾਇੰਸ ਵਾਲੇ ਕਰ ਹੀ ਲੈਣਗੇ। ਆਦਤ ਇੰਨੀ ਪੈ ਜਾਂਦੀ ਹੈ ਮਿਹਨਤ ਕਰਨ ਦੀ ਬੇਟਾ, ਉਹੀ ਆਦਤ ਅਸੀਂ ਪਾਣੀ ਹੈ। ਸੋ ਅੱਜ ਬੇਟਾ ਮੈਂ ਤੁਹਾਨੂੰ ਪਹਿਲੇ ਹੀ ਯੂਨਿਟ 'ਤੇ MCQs ਕਰਵਾਉਣ ਜਾ ਰਹੀ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ, ਪੈਸ ਦੇ ਟੈਸਟ ਹੋ ਰਹੇ ਹੈ ਨਾ, ਤੁਸੀਂ ਸਾਰੇ ਪਰਫੋਰਮ ਵੀ ਕਰ ਰਹੇ ਹੋ, ਅੱਛਾ ਕਰ ਰਹੇ ਹੋ, ਬਹੁਤ ਅੱਛੀ ਗੱਲ ਹੈ, ਬਹੁਤ ਵਧੀਆ ਨੰਬਰ ਲੈ ਰਹੇ ਹੋ, ਠੀਕ ਹੈ? ਜਿਸ ਤਰ੍ਹਾਂ ਵੀ ਲੈ ਰਹੇ ਹੋ, ਚਲੋ ਠੀਕ ਹੈ। ਲੇਕਿਨ ਹੁਣ ਜਿਹੜੀ ਮੇਰੀ ਕੋਸ਼ਿਸ਼ ਹੈ ਨਾ, ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸਾਂ, ਅਸੀਂ ਸੋਚਣਾ ਕਿੱਦਾਂ ਹੈ, ਜਦੋਂ ਅਸੀਂ ਆਂਸਰ ਕਰਨੇ ਹੈ ਅਸੀਂ ਕਿੱਦਾਂ ਸੋਚਣਾ ਉਸ ਕੁਐਸਚਨ ਨੂੰ, ਠੀਕ ਹੈ ਨਾ? ਤੁਹਾਡੀ ਆਪਾਂ ਆਪਣੀ ਸੋਚ ਜਿਹੜੀ ਹੈ ਉਹਦਾ ਦਾਇਰਾ ਥੋੜ੍ਹਾ ਜਿਹਾ ਵਧਾ ਲਈਏ, ਹੈ ਨਾ ਬੇਟੇ? ਅਸੀਂ 10ਵੀਂ ਤੱਕ ਤਾਂ ਬੜੀ ਐਸ਼ ਕੀਤੀ ਹੈ, ਹੁਣ ਥੋੜ੍ਹਾ ਜਿਹਾ ਜਿਹੜਾ ਹੈ ਆਪਣੇ ਦਿਮਾਗ 'ਤੇ ਥੋੜ੍ਹਾ ਜਿਹਾ ਲੋਡ ਲੈਣਾ ਸ਼ੁਰੂ ਕਰਿਓ। ਮੈਂ ਥੋੜ੍ਹੇ ਥੋੜ੍ਹੇ ਕੁਐਸਚਨ ਹੀ ਸੈਂਡ ਕਰਿਆ ਕਰਾਂਗੀ, 10 ਜਾਂ 20, ਬਸ ਇਸ ਤਰ੍ਹਾਂ, ਠੀਕ ਹੈ? ਉਹ ਕੁਐਸਚਨ ਤੁਸੀਂ ਸੁਣਨੇ ਹੈ, ਤੁਸੀਂ ਸਾਰਿਆਂ ਨੇ ਆਪਣੇ ਹਿਸਾਬ ਦੇ ਨਾਲ, ਮੈਂ ਹਿੰਟ ਨਾਲ ਦੇਵਾਂਗੀ, ਤੁਸੀਂ ਆਪਣੇ ਹਿਸਾਬ ਨਾਲ ਆਪਸ਼ਨਸ ਜਿਹੜੀਆਂ ਨੇ ਉਹ ਲਿਖੀ ਜਾਣੀਆਂ ਨੇ ਕਾਪੀ 'ਤੇ, ਹਰ ਇੱਕ ਕੁਐਸਚਨ ਦੀਆਂ ਨਾਲ ਨਾਲ, ਠੀਕ ਹੈ? ਐਂਡ ਦੇ ਵਿੱਚ ਜਦੋਂ ਮੈਂ ਆਂਸਰ ਬੋਲਣੇ, ਤੁਸੀਂ ਫਟਾਫਟ ਕਾਊਂਟ ਕਰਨੇ ਹੈ ਕਿ ਤੁਹਾਡੇ ਕਿਹੜੇ ਆਂਸਰ ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਜਿੰਨੇ ਨੰਬਰ ਬਣਦੇ ਆ, ਬਹੁਤ ਹੀ ਇਮਾਨਦਾਰੀ ਦੇ ਨਾਲ, ਕੋਈ ਗੱਲ ਨਹੀਂ, ਜੇ ਪਹਿਲੀ ਵਾਰ 20 'ਚੋਂ 4, 5, 6 ਵੀ ਬਣਦੇ ਆ ਨਾ, ਤਾਂ ਵੀ ਕੋਈ ਗੱਲ ਨਹੀਂ, ਠੀਕ ਹੈ? ਤੁਸੀਂ ਉਹ ਸਾਰੇ ਯੂਟਿਊਬ ਦੇ ਕਮੈਂਟ ਬਾਕਸ 'ਤੇ ਪਾਣੇ, ਪਲੀਜ਼ ਮੈਨੂੰ ਵਟਸਐਪ 'ਤੇ ਨਹੀਂ ਪਾਣੇ, ਕਿਸੇ ਨੇ ਯੂਟਿਊਬ ਦੇ ਕਮੈਂਟ ਬਾਕਸ 'ਤੇ ਪਾਓ। ਵਟਸਐਪ ਕਈ ਵਾਰ ਮੈਂ ਨਹੀਂ ਖੋਲਦੀ, ਲੇਕਿਨ ਮੈਂ ਉਹ ਜ਼ਰੂਰ ਪੜ੍ਹਦੀ ਹਾਂ ਸਾਰੇ ਬੱਚਿਆਂ ਦਾ, ਠੀਕ ਹੈ? ਤੁਸੀਂ ਬੇਸ਼ੱਕ ਆਪਣਾ ਨਾਮ ਨਾਲ ਲਿਖ ਸਕਦੇ ਹੋ, ਠੀਕ ਹੈ? ਸਕੂਲ ਨਾਮ ਮੈਂਸ਼ਨ ਕਰਿਓ, ਨਾਮ ਲਿਖੀ ਜਾਇਓ, ਅਤੇ ਮੈਨੂੰ ਪਤਾ ਚੱਲ ਜਾਏਗਾ ਕਿਹੜਾ ਬੱਚਾ ਹੈ, ਠੀਕ ਹੈ ਬੇਟਾ? ਸੋ ਕੋਸ਼ਿਸ਼ ਹੈ ਮੇਰੀ ਕਿ ਮੇਰੇ ਸਾਰੇ ਹੀ ਬੱਚੇ ਹੁਣ ਇੱਦਾਂ ਆਪਣਾ ਬ੍ਰੇਨ ਯੂਜ਼ ਕਰਨ ਕਿ ਤੁਹਾਨੂੰ ਕਦੀ ਜ਼ਿੰਦਗੀ 'ਚ ਮਾਰ ਨਾ ਖਾਣੀ ਪਵੇ। ਇੰਨਾ ਅਸੀਂ ਆਪਣੇ ਦਿਮਾਗ ਨੂੰ ਯੂਜ਼ ਕਰ ਕਰਕੇ ਉਹਨੂੰ ਸ਼ਾਰਪ ਬਣਾ ਲੈਣਾ, ਠੀਕ ਹੈ? ਸੋ ਬੇਟਾ, ਸਭ ਤੋਂ ਪਹਿਲਾਂ ਕੁਐਸਚਨ ਹੈ, ਫਿਜ਼ਿਕਸ ਇਨਵੋਲਵਸ ਦਾ ਸਟੱਡੀ ਆਫ, ਆਪਸ਼ਨ ਸੁਣ ਲਓ, ਹਿਊਮਨਸ, ਬਰਡਸ ਐਂਡ ਐਨੀਮਲਸ, ਪਲਾਂਟਸ, ਨੇਚਰ ਐਂਡ ਨੈਚੁਰਲ ਫੀਨੋਮੀਨਾ। ਇਹ ਜਿੰਨੇ ਵੀ ਕੁਐਸਚਨ ਹੈ ਨਾ ਬੇਟਾ, ਇਹ ਸਾਰੇ ਦੇ ਸਾਰੇ ਤੁਹਾਡੇ ਨੌਲੇਜ ਬੇਸਡ ਹੈ। ਤੁਸੀਂ ਕਿੰਨੀ ਪੜ੍ਹੀ ਹੋਈ ਹੈ ਫਿਜ਼ਿਕਸ, ਨੋਟਸ ਤੁਹਾਡੇ ਸਭ ਦੇ ਹੱਥਾਂ ਦੇ ਵਿੱਚ ਹੈ, ਬੇਸ਼ੱਕ ਖੋਲ੍ਹ ਲਓ, ਠੀਕ ਹੈ? ਦੇਖ ਕੇ ਵੀ ਅਗਰ ਤੁਸੀਂ ਆਂਸਰ ਲੱਭ ਲੈਂਦੇ ਹੋ, ਦੈਨ ਯੂ ਆਰ ਇੰਟੈਲੀਜੈਂਟ। ਓਕੇ ਬੇਟਾ, ਮੈਂ ਹਮੇਸ਼ਾ ਮੰਨਦੀ ਹੁੰਦੀ ਹਾਂ ਕਿ +1 ਵਾਲੇ ਬੱਚੇ ਸੇਮ ਉਸੇ ਤਰ੍ਹਾਂ ਹੁੰਦੇ ਆ ਸਾਇੰਸ ਦੇ ਵਿੱਚ ਆਏ ਹੋਏ, ਜਿਸ ਤਰ੍ਹਾਂ ਅਸੀਂ ਬਿਲਕੁਲ ਨਵੇਂ ਬੱਚੇ ਪ੍ਰਾਇਮਰੀ ਦੇ ਵਿੱਚ ਲੈਂਦੇ ਹਾਂ, ਹੈ ਨਾ? ਸੋ ਉੱਦਾਂ ਹੀ ਤੁਹਾਨੂੰ ਡੀਲ ਕੀਤਾ ਜਾਏਗਾ ਬੇਟਾ। ਲੇਕਿਨ ਉਹ ਬੱਚਿਆਂ ਨੂੰ ਤਾਂ 3-4 ਸਾਲ ਲੱਗਦੇ ਆ ਨਾ ਸਟੇਜ ਸੰਭਾਲਣ ਨੂੰ, ਤੁਸੀਂ 2 ਮਹੀਨੇ 'ਚ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ। ਉਹ ਮੇਰੀ ਕੋਸ਼ਿਸ਼ ਰਹੇਗੀ ਕਿ 2 ਮਹੀਨੇ 'ਚ ਮੇਰੇ ਬੱਚੇ ਨਰਸਰੀ ਪ੍ਰਾਇਮਰੀ ਵਾਲੇ ਲੈਵਲ ਤੋਂ +1 ਦੇ ਲੈਵਲ 'ਤੇ ਕਿੱਦਾਂ ਆਉਣਗੇ, ਠੀਕ ਹੈ ਬੇਟੇ? ਸੋ ਇਹਦੇ 'ਤੇ ਆਪਸ਼ਨ ਤੁਸੀਂ ਲੈਣੀ ਹੈ। ਸੈਕਿੰਡ ਹੈ ਬੇਟਾ, ਸਾਈਜ਼ ਆਫ ਯੂਨੀਵਰਸ ਇਜ਼ ਆਫ ਦਾ ਆਰਡਰ ਆਫ, ਸਾਈਜ਼ ਆਫ ਯੂਨੀਵਰਸ, ਇਹ ਵੀ ਬੇਟੇ ਤੁਹਾਨੂੰ, ਇਹ ਤਾਂ ਤੁਸੀਂ ਮੈਨੂੰ ਪਤਾ ਸਾਰਿਆਂ ਨੇ ਕਰ ਲਿਆ ਹੋਣਾ, ਨੋਟਸ ਹੈਗੇ ਆ, ਹੈ ਨਾ? ਸਾਈਜ਼ ਆਫ ਯੂਨੀਵਰਸ ਇਜ਼ ਆਫ ਦਾ ਆਰਡਰ ਆਫ 10^18, 10^26, 40 and -18। ਦੇਖੋ, ਆਹ ਤਾਂ ਵਿੱਚੋਂ ਨਿਕਲੇਗੀ, -18 ਮੀਟਰ ਤਾਂ ਬਹੁਤ ਛੋਟਾ ਹੈ ਨਾ, ਅਸੀਂ ਯੂਨੀਵਰਸ ਦਾ ਸਾਈਜ਼ ਦੱਸ ਰਹੇ ਹਾਂ। ਬਾਕੀ 3 ਵਿੱਚੋਂ ਹੁਣ ਤੁਸੀਂ ਦਿਮਾਗ ਲਾਇਓ ਕਿ ਕਿਹੜਾ ਹੋ ਸਕਦਾ, ਠੀਕ ਹੈ ਬੇਟਾ?
ਨੈਕਸਟ ਹੈ ਆਪਟੀਕਲ ਫਾਈਬਰਸ ਆਰ ਬੇਸਡ ਔਨ ਆਪਟੀਕਲ ਫਾਈਬਰਸ ਤੁਸੀਂ ਦੇਖਿਆ ਰਾਜੇ ਆਪਟੀਕਲ ਫਾਈਬਰਸ ਦੇ ਨਾਲ ਐਂਡੋਸਕੋਪੀ ਹੁੰਦੀ ਹੈ ਨਾ ਜਿਹਦੇ ਵਿੱਚ ਅਸੀਂ ਇੱਕ ਪਾਈਪ ਦੇ ਵਿੱਚੋਂ ਪਾਈਪ ਇੱਕ ਹੁੰਦੀ ਹੈ ਲੰਬੀ ਜਿਹੀ ਉਹਦੇ ਇੱਕ ਐਂਡ ਦੇ ਵਿੱਚੋਂ ਅਸੀਂ ਲੇਜ਼ਰ ਬੀਮ ਨੂੰ ਭੇਜਦੇ ਹਾਂ ਉਹ ਲੇਜ਼ਰ ਬੀਮ ਸਾਰੀ ਸਾਨੂੰ ਨਜ਼ਰ ਨਹੀਂ ਆਉਂਦੀ ਪਾਈਪ ਦੇ ਵਿੱਚ ਹੀ ਰਹਿੰਦੀ ਹੈ ਅਤੇ ਦੂਸਰੇ ਐਂਡ ਤੇ ਜਾ ਕੇ ਉਹ ਨਿਕਲ ਜਾਂਦੀ ਹੈ ਬਾਹਰ ਠੀਕ ਹੈ ਉਹ ਜਿਹੜੀ ਉਸ ਚੀਜ਼ ਨੂੰ ਆਪਟੀਕਲ ਫਾਈਬਰਸ ਕਹਿੰਦੇ ਹਾਂ ਅਸੀਂ ਪਲੱਸ ਟੂ 'ਚ ਤੁਸੀਂ ਉਹਦੀ ਡਿਟੇਲ ਵੀ ਪੜੂੰਗੇ ਥੋੜ੍ਹੀ ਜਿਹੀ ਅਤੇ ਉਹਦਾ ਜਿਹੜਾ ਫਿਨੋਮੀਨਾ ਹੈ ਉਹ ਕਿਸ ਚੀਜ਼ 'ਤੇ ਬੇਸਡ ਹੈ ਦੈਟ ਇਜ਼ ਟੋਟਲ ਇੰਟਰਨਲ ਰਿਫਲੈਕਸ਼ਨ ਰਿਫਰੈਕਸ਼ਨ ਡਿਸਪਰਸ਼ਨ ਜਾਂ ਨਨ ਆਫ ਦੀਸ ਠੀਕ ਹੈ ਹੁਣ ਜਿਹੜਾ ਫਿਨੋਮੀਨਾ ਤੁਸੀਂ ਇਹਦੇ ਵਿੱਚੋਂ ਨਹੀਂ ਸੁਣਿਆ ਹੋਇਆ ਨਾ ਉਹੀ ਆਪਸ਼ਨ ਹੈ ਠੀਕ ਹੈ ਨੈਕਸਟ ਹੈ ਰਾਜੇ ਇਨਵਰਸ ਸਕੁਅਰ ਲਾ ਇਜ਼ ਓਬੇਡ ਬਾਏ ਇਨਵਰਸ ਸਕੁਅਰ ਲਾ ਤੁਸੀਂ ਸਾਰੀਆਂ ਫੋਰਸਿਸ ਪੜ੍ਹੀਆਂ ਹੋਈਆਂ ਨੇ ਨੋਟਸ ਹੈਗੇ ਆ ਨਾ ਤੁਹਾਡੇ ਕੋਲ ਚਾਰ ਤਰ੍ਹਾਂ ਦੀਆਂ ਫੋਰਸਿਸ ਆਪਾਂ ਲਿਖੀਆਂ ਹੋਈਆਂ ਨੇ ਹੈ ਨਾ ਅਤੇ ਉਹਨਾਂ ਵਿੱਚੋਂ ਇਨਵਰਸ ਸਕੁਅਰ ਲਾ ਕੌਣ ਕੌਣ ਓਬੇ ਕਰਦਾ ਹੈ ਜਿਹਦੇ ਵਿੱਚ ਨੀਚੇ ਆਰ ਸਕੁਅਰ ਆਵੇ ਦੈਟ ਇਜ਼ ਗ੍ਰੈਵੀਟੇਸ਼ਨਲ ਫੋਰਸ ਇਲੈਕਟ੍ਰੋਮੈਗਨੈਟਿਕ ਫੋਰਸ ਬੋਥ ਏ ਐਂਡ ਬੀ ਨਾਈਦਰ ਏ ਨੋਰ ਬੀ ਠੀਕ ਹੈ ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਕਿਹੜੀਆਂ ਫੋਰਸਿਸ ਹੈ ਇਕੱਲੀ ਗ੍ਰੈਵੀਟੇਸ਼ਨਲ ਹੈ ਤਾਂ ਇਹ ਆਪਸ਼ਨ ਲਿਖ ਲਓ ਇਕੱਲੀ ਇਲੈਕਟ੍ਰੋਮੈਗਨੈਟਿਕ ਹੈ ਤਾਂ ਬੀ ਆਪਸ਼ਨ ਲਿਖ ਦਿਓ ਦੋਨੋਂ ਹੀ ਤੁਹਾਨੂੰ ਲੱਗਦੀਆਂ ਤੁਸੀਂ ਪੜ੍ਹ ਲਓ ਠੀਕ ਹੈ ਫਿਰ ਆ ਵਾਲੀ ਆਪਸ਼ਨ ਲਿਖ ਦਿਓ ਇਸ ਤਰ੍ਹਾਂ ਕਰਕੇ ਆਪਾਂ ਆਂਸਰ ਦੇਣਾ ਨੈਕਸਟ ਹੈ ਬੇਟਾ ਆਈਨਸਟਾਈਨ ਵਾਸ ਅਵਾਰਡਡ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਆਈਨਸਟਾਈਨ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਸਭ ਨੂੰ ਪਤਾ ਹੈ ਨਾ ਅਤੇ ਰਿਲੇਟਿਵਿਟੀ ਦੀ ਥਿਊਰੀ ਦਿੱਤੀ ਹੋਈ ਹੈ ਇਹਨੇ ਵੀ ਸਭ ਨੂੰ ਪਤਾ ਹੁਣ ਨੋਬਲ ਪ੍ਰਾਈਜ਼ ਇਹਨੂੰ ਕਿਹਦੇ ਕਰਕੇ ਮਿਲਿਆ ਉਹ ਚੀਜ਼ ਬਹੁਤ ਘੱਟ ਜਾਣਿਆਂ ਨੂੰ ਪਤਾ ਮੈਂ ਦੇਖਦੀ ਹਾਂ ਕਿਹਨਾਂ ਨੂੰ ਪਤਾ ਥਿਊਰੀ ਆਫ ਰਿਲੇਟਿਵਿਟੀ ਲਾਅ ਆਫ ਗ੍ਰੈਵੀਟੇਸ਼ਨ ਅਨਸਰਟਨਟੀ ਪ੍ਰਿੰਸੀਪਲ ਜਾਂ ਫੋਟੋ ਇਲੈਕਟ੍ਰਿਸਿਟੀ ਠੀਕ ਹੈ ਬੇਟੇ ਬੜੇ ਧਿਆਨ ਨਾਲ ਆਂਸਰ ਦੇਣਾ ਹੈ ਬਹੁਤ ਸੌਖਾ ਨਹੀਂ ਹੁੰਦਾ ਵੀ ਆਪਾਂ ਜਿਹਦੇ ਨਾਮ ਨਾਲ ਹਮੇਸ਼ਾ ਰਿਲੇਟ ਹੀ ਕਰਦੇ ਹਾਂ ਉਹਦੇ ਲਈ ਮਿਲਿਆ ਹੋਵੇ ਨੋਬਲ ਪ੍ਰਾਈਜ਼ ਕਦੋਂ ਮਿਲਿਆ ਸਾਰੇ ਬੱਚੇ ਕਿਤਾਬਾਂ ਦੇਖੋ ਨੈਟ ਤੋਂ ਕੱਢੋ ਠੀਕ ਹੈ ਆਂਸਰ ਆਪ ਦੇਣਾ ਹੈ ਪਿੱਛੋਂ ਨਹੀਂ ਦੇਖਣਾ ਹਾਲੇ ਠੀਕ ਹੈ ਕਿਉਂਕਿ ਜਦੋਂ ਤੁਸੀਂ ਕਿਤਾਬ ਤੋਂ ਖੋਲੋਗੇ ਨਾ ਉਹ ਤੁਹਾਡੇ ਦਿਮਾਗ ਦੇ ਵਿੱਚ ਵੱਸ ਜਾਣਾ ਕਿ ਅਸੀਂ ਇਹ ਦੇਖਿਆ ਸੀ ਹੈ ਨਾ ਨੈਕਸਟ ਹੈ ਬੇਟਾ ਨਿਊਟ੍ਰੋਨ ਇਜ਼ ਡਿਸਕਵਰਡ ਬਾਏ ਇਹ ਤਾਂ ਤੁਸੀਂ ਕੈਮਿਸਟਰੀ 'ਚ ਬੜੀ ਵਾਰ ਪੜ੍ਹ ਲਿਆ ਹੋਣਾ ਹੈ ਨਾ ਇਹਦਾ ਨਾਮ ਕੀ ਹੈ ਆਪਸ਼ਨ ਹੈ ਆਈਨਸਟਾਈਨ ਸੀ ਵੀ ਰਮਨ ਮੈਕਸਵੈਲ ਜਾਂ ਚੈਡਵਿਕ ਇਹ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਉਂਦਾ ਹੋਣਾ ਹੈ ਚਲੋ ਦੇਖਦੇ ਹਾਂ ਕਿੰਨੀ ਕੁ ਦੇਰ ਯਾਦ ਰਹਿੰਦਾ ਨੈਕਸਟ ਹੈ ਬੇਟਾ ਹੂ ਮੇਡ ਦਿਸ ਰਿਮਾਰਕ ਜਦੋਂ ਤੁਸੀਂ ਟਾਈਮ ਵਾਲਾ ਚੈਪਟਰ ਕਰਦੇ ਹੋ ਨਾ ਬੇਟੇ ਉਹਦੇ ਵਿੱਚ ਆਉਂਦਾ ਹੈ ਇੱਕ ਰਿਮਾਰਕਸ ਦਿੱਤੇ ਹੋਏ ਨੇ ਟਾਈਮ ਕਿਆ ਹੈ ਟਾਈਮ ਦੀ ਡੈਫੀਨੇਸ਼ਨ ਲਿਖੋ ਅਤੇ ਇੱਕ ਸਾਇੰਟਿਸਟ ਨੇ ਕਿਹਾ ਸੀ ਟਾਈਮ ਇਜ਼ ਵਟ ਅ ਕਲੋਕ ਰੀਡਸ ਜੋ ਕਲੋਕ ਰੀਡ ਕਰੇ ਦੈਟ ਇਜ਼ ਟਾਈਮ ਹੈ ਨਾ ਉਹ ਕਿਹਨੇ ਕਿਹਾ ਸੀ ਨਿਊਟਨ ਨੇ ਆਈਨਸਟਾਈਨ ਨੇ ਸੀ ਵੀ ਰਮਨ ਨੇ ਜਾਂ ਨਨ ਆਫ ਦੀਸ ਠੀਕ ਹੈ ਬੇਟਾ ਨੈਕਸਟ ਹੈ ਫੰਡਾਮੈਂਟਲ ਯੂਨਿਟ ਆਫ ਲਿਮਿਨਸ ਇੰਟੈਂਸਿਟੀ ਹੁਣ ਤੁਹਾਨੂੰ ਫੰਡਾਮੈਂਟਲ ਅਤੇ ਡਰਾਈਵ ਯੂਨਿਟਸ ਕਰਵਾਏ ਹੋਏ ਨਾ ਸਾਰੇ ਉਹ ਵਾਲਾ ਪੇਜ ਖੋਲ ਲਓ ਆਪਣਾ ਯੂਨਿਟਸ ਵਾਲਾ ਠੀਕ ਹੈ ਉਹਦੇ ਵਿੱਚ ਦੇਖੋ ਲੁਮੀਨਸ ਇੰਟੈਂਸਿਟੀ ਦਾ ਕੀ ਲਿਖਵਾਇਆ ਸੀ ਬਹੁਤ ਬੱਚਿਆਂ ਨੂੰ ਯਾਦ ਹੈ ਮੈਨੂੰ ਪਤਾ ਮੇਰੇ ਬੱਚਿਆਂ ਨੇ ਹੁਣੇ ਦੱਸ ਦੇਣਾ ਹੈ ਆਪਸ਼ਨਸ ਹੈ ਵਾਟ ਕੈਂਡੇਲਾ ਨਿਊਟਨ ਜਾਂ ਲਕਸ ਨੈਕਸਟ ਹੈ ਵਿੱਚ ਆਫ ਦ ਫੋਲੋਇੰਗ ਰਿਲੇਸ਼ਨ ਇਜ਼ ਨੋਟ ਕੁਰੈਕਟ ਇਹਨਾਂ ਵਿੱਚੋਂ ਕਿਹੜਾ ਕੁਰੈਕਟ ਨਹੀਂ ਹੈ ਠੀਕ ਹੈ ਉਹ ਦੇਖਣਾ ਹੈ ਤੁਸੀਂ ਵਨ ਐਸਟ੍ਰੋਨੋਮਿਕਲ ਯੂਨਿਟ ਇਜ਼ ਇਕੁਅਲ ਟੂ 1.496 × 10⁻¹⁷ ਮੀਟਰ ਵਨ ਲਾਈਟ ਈਅਰ ਇਜ਼ ਇਕੁਅਲ ਟੂ 9.46 × 10⁻¹⁵ ਮੀਟਰ ਵਨ ਪਾਰਸੈਕ ਇਜ਼ ਇਕੁਅਲ ਟੂ 3.084 × 10⁻⁶ ਮੀਟਰ ਜਾਂ ਵਨ ਲਾਈਟ ਈਅਰ ਇਜ਼ ਇਕੁਅਲ ਟੂ 6.3 × 10⁻⁴ ਐਸਟ੍ਰੋਨੋਮਿਕਲ ਯੂਨਿਟ ਠੀਕ ਹੈ ਬੇਟੇ ਆਹ ਤੁਸੀਂ ਹਲੇ ਨਹੀਂ ਕੱਢਿਆ ਹੋਇਆ ਕਿਤੇ ਵੀ ਕਾਪੀ 'ਚ ਹੋਣਾ ਨਹੀਂ ਹੈ ਬਾਕੀ ਸਾਰੇ ਤੁਸੀਂ ਲਿਖੇ ਹੋਏ ਨੇ ਠੀਕ ਹੈ ਨਾ ਤੁਹਾਨੂੰ ਸੈਂਡ ਕੀਤਾ ਹੋਇਆ ਮੈਂ ਦੇਖ ਲਓ ਕਿ ਇਹ ਸਾਰੇ ਰਿਲੇਸ਼ਨ ਠੀਕ ਹੈ ਜੇ ਸਾਰੇ ਰਿਲੇਸ਼ਨ ਠੀਕ ਹੈ ਤਾਂ ਇਟ ਮੀਨਸ ਆਰ ਰੋਂਗ ਹੈ ਜੇ ਇਹਨਾਂ 'ਚੋਂ ਹੀ ਕੋਈ ਗਲਤ ਹੈ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਗਲਤ ਹੈ ਨੈਕਸਟ ਹੈ ਬੇਟਾ ਦਾ ਪ੍ਰੀਫਿਕਸ ਫੈਮਟੋ ਸਟੈਂਡਸ ਫੋਰ ਹੁਣ ਯੂਨਿਟ ਕਨਵਰਜ਼ਨ ਦੀ ਮੈਂ ਜਿਹੜੀ ਵੀਡੀਓ ਪਾਈ ਸੀ ਉਹਦੇ 'ਚ ਮੈਂ ਤੁਹਾਨੂੰ ਸਾਫ਼ ਦੱਸਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਬੇਟੇ ਯਾਦ ਕਰਨੇ ਆ ਪ੍ਰੀਫਿਕਸ ਜਿਹੜੇ ਨੇ ਲਾਰਜ ਯੂਨਿਟ ਵਾਸਤੇ ਅਤੇ ਸਮਾਲ ਯੂਨਿਟ ਵਾਸਤੇ ਉਹਦੇ 'ਚ ਆਇਆ ਸੀ ਨਾ ਡੈਸੀ ਸੈਂਟੀਮਿਲੀ ਮਾਈਕਰੋ ਨੈਨੋ ਪੀਕੋ ਫੈਮਟੋ ਆਟ ਹੈ ਨਾ ਉਹਦੇ ਵਿੱਚੋਂ ਅਸੀਂ ਦੱਸਣਾ ਫੈਮਟੋ ਦਾ ਜਿਹੜਾ ਮਲਟੀਪਲਾਇਰ ਉਹ ਕਿੰਨਾ ਸੀ 10⁻¹⁵ 10⁻⁻⁵ 10⁻⁵ ਜਾਂ ਨਨ ਆਫ ਦੀਸ ਨੈਕਸਟ ਹੈ ਬੇਟਾ ਵਟ ਇਜ਼ ਕੈਰਟ ਵਨ ਕੈਰਟ ਕਿੰਨੇ ਮਿਲੀਗ੍ਰਾਮ ਦੇ ਬਰਾਬਰ ਹੁੰਦਾ ਹੈ ਠੀਕ ਹੈ ਦੈਟ ਇਜ਼ 20 ਮਿਲੀਗ੍ਰਾਮ 2 ਮਿਲੀਗ੍ਰਾਮ 200 ਮਿਲੀਗ੍ਰਾਮ ਜਾਂ ਨਨ ਆਫ ਦੀਸ ਇਹ ਮੇਰੇ ਸਾਰੇ ਬੱਚਿਆਂ ਨੇ ਦੇਖੋ ਬੇਟਾ ਇਹ ਕਿਹੜਾ ਟੈਸਟ ਹੈ ਇਹ ਤਾਂ ਅੱਜ ਹੀ ਆਪਾਂ ਇਹੀ ਦੇਖਣਾ ਕਿ ਸਾਡੀ ਮੈਮਰੀ 'ਚ ਕਿੰਨੀ ਦੇਰ ਰਿਕਾਲ ਰਹਿੰਦਾ ਹੈ ਜਿੱਦਣ ਮੈਂ ਤੁਹਾਡਾ ਟੈਸਟ ਲਵਾਂਗੀ ਠੀਕ ਹੈ ਨਾ ਮੈਂ ਤੁਹਾਨੂੰ ਟਾਈਮ ਦੇ ਦੇਣਾ ਇਸੇ ਗਰੁੱਪ ਦੇ ਵਿੱਚ ਮੈਂ ਤੁਹਾਡਾ ਟੈਸਟ ਲਵਾਂਗੀ ਤੁਹਾਡਾ ਜਿਹੜਾ ਨਿਊ ਵਟਸਐਪ ਗਰੁੱਪ ਕ੍ਰੀਏਟ ਹੋਇਆ ਉਹਦੇ ਵਿੱਚ ਟੈਸਟ ਮੈਂ ਇਹੀ 3-4 ਜਿਹੜੇ ਯੂਨਿਟ ਤੁਹਾਨੂੰ ਕਰਵਾ ਦੇਣੇ ਆ ਇਹਨਾਂ ਦਾ ਮੈਂ ਬਾਰ ਬਾਰ ਟੈਸਟ ਲੈਣਾ ਠੀਕ ਹੈ ਨਾ ਥਰਡ ਫੋਰਥ ਯੂਨਿਟ ਦੇ ਤਾਂ ਅਸਾਈਨਮੈਂਟਸ ਵੀ ਤੁਸੀਂ ਕੀਤੀਆਂ ਹੋਈਆਂ ਨੇ ਮੈਂ ਅਸਾਈਨਮੈਂਟਸ 'ਤੇ ਵੀ ਤਿਆਰ ਕਰ ਰਹੀ ਹਾਂ ਇਹ
ਠੀਕ ਹੈ ਨਾ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਮੈਂ ਉਹਦੀ ਵੀ ਤਿਆਰ ਕਰ ਰਹੀ ਹਾਂ ਤਾਂ ਕਿ ਮੇਰੇ ਬੱਚਿਆਂ ਦੀਆਂ ਵੀਡੀਓਜ਼ ਜਿਹੜੀਆਂ ਇੱਕ ਜਗ੍ਹਾ 'ਤੇ ਸੇਵ ਹੋ ਜਾਣ। ਤਾਂ ਹੀ ਮੈਂ ਤੁਹਾਨੂੰ ਵਾਰ ਵਾਰ ਕਹਿ ਰਹੀ ਸੀ ਬੇਟਾ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪਲੇ ਸਟੋਰ ਦੇ ਵਿੱਚ ਵੀਡੀਓਜ਼ ਜਿਹੜੀਆਂ ਨੇ ਉਹ ਮੈਂ ਅਲੱਗ ਅਲੱਗ ਫੋਲਡਰਸ ਦੇ ਵਿੱਚ ਪਾ ਕੇ ਰੱਖ ਦਿੱਤੀਆਂ ਨੇ, ਤੁਸੀਂ ਜਦੋਂ ਤੁਹਾਡਾ ਦਿਲ ਕਰੇ ਸੁਣੋ। ਜਦੋਂ ਫ੍ਰੀ ਹੋ ਕਿਤੇ ਸਫ਼ਰ 'ਤੇ ਜਾ ਰਹੇ ਹੋ, ਕੁਛ ਜਾ ਰਹੇ ਹੋ, ਕਾਪੀ ਨਹੀਂ ਚੱਕ ਸਕਦੇ, ਫੋਨ ਤਾਂ ਕੋਲ ਹੀ ਹੁੰਦੇ ਆ ਨਾ, ਕੰਨਾਂ ਨੂੰ ਲਾ ਲਓ ਸੁਣ ਲਓ, ਠੀਕ ਹੈ ਨਾ। ਜਦੋਂ ਤੁਹਾਨੂੰ ਲੱਗਦਾ ਕਿ ਹਾਂ ਹੁਣ ਅਸੀਂ ਫਰੈਸ਼ ਹੈ, ਉਦੋਂ ਸੁਣ ਲਓ। ਫਰੈਸ਼ ਮਾਈਂਡ ਦੇ ਨਾਲ ਸੁਣੀ ਹੋਈ ਚੀਜ਼ ਕਦੀ ਨਹੀਂ ਭੁੱਲਦੀ, ਠੀਕ ਹੈ ਬੇਟਾ। ਸੋ ਇਹ ਆਪਸ਼ਨ ਤੁਸੀਂ ਦੱਸਣੀ ਹੈ। ਨੈਕਸਟ ਹੈ ਬੇਟਾ, ਸਫੈਰੋਮੀਟਰ ਐਂਡ ਸਕਰੀਓਗਾਜ਼ ਕੈਨ ਮੇਕ ਡਿਸਟੈਂਸ ਅਪ ਟੂ ਸਫੈਰੋਮੀਟਰ। ਇਹ ਹੁਣ ਤੁਸੀਂ ਪ੍ਰੈਕਟੀਕਲ ਤਾਂ ਮੇਰੇ ਰਾਜੇ ਕੀਤਾ ਨਹੀਂ ਹੈ, ਅਤੇ ਜਦੋਂ ਕਰੂੰਗੇ ਤਾਂ ਤੁਸੀਂ ਦੇਖੋਗੇ ਅਸੀਂ ਸੈਂਟੀਮੀਟਰਸ ਦੇ ਵਿੱਚ ਉਹਦਾ ਜਿਹੜਾ ਹੈ ਕੱਢਦੇ ਹੁੰਦੇ ਹਾਂ, ਸੈਂਟੀਮੀਟਰ ਦੇ ਵਿੱਚ ਆਂਸਰ ਆਉਂਦਾ ਹੁੰਦਾ ਹੈ। ਅਤੇ ਅਸੀਂ ਅਪ ਟੂ, ਜਿੱਦਾਂ ਮੈਂ ਹਮੇਸ਼ਾ ਕਹਿੰਦੀ, ਸਕੇਲ ਦੇ ਵਿੱਚ ਅਸੀਂ ਪੁਆਇੰਟ 'ਤੇ ਇੱਕ ਅਕਸ਼ਰ ਤੱਕ ਕੱਢ ਸਕਦੇ ਹਾਂ, 1.1, 1.2, ਹੈ ਨਾ। ਅਤੇ ਜਿਹੜਾ ਸਫੈਰੋਮੀਟਰ ਅਤੇ ਸਕਰੀਓਗਾਜ਼ ਹੈ ਉਹ ਤੋਂ ਵੀ ਛੋਟੀ ਚੀਜ਼ ਆਪਾਂ ਕੱਢਣੀ ਹੈ, ਉਹ ਤੁਸੀਂ ਮੀਟਰ ਦੇ ਵਿੱਚ ਆਂਸਰ ਦੇਣਾ ਹੈ। ਫਿਰ ਆਪਸ਼ਨਸ ਨੇ 10^-3 ਮੀਟਰ, 10^-4 ਮੀਟਰ, 10^-5 ਮੀਟਰ ਜਾਂ 10^-6 ਮੀਟਰ, ਠੀਕ ਹੈ ਬੇਟਾ। ਚਲੋ ਦੇਖਦੇ ਹਾਂ ਕਿਹਨੂੰ ਚੱਲਦਾ ਹੈ। ਨੈਕਸਟ ਹੈ, ਦ ਮਾਸ ਆਫ ਸਨ ਇਜ਼ ਆਫ ਦਾ ਆਰਡਰ ਆਫ, ਸਨ ਦਾ ਮਾਸ ਕਿੰਨਾ ਹੁੰਦਾ ਹੈ ਪਤਾ ਹੈ ਕਿਸੇ ਨੂੰ? ਆਪਸ਼ਨ ਹੈ 10^55 ਕਿਲੋਗ੍ਰਾਮ, ਇੰਨਾ ਜ਼ਿਆਦਾ ਵੀ ਨਹੀਂ ਹੁੰਦਾ, 10^42 ਕਿਲੋਗ੍ਰਾਮ, 10^-30, ਇਹ ਤਾਂ ਹੋ ਹੀ ਨਹੀਂ ਸਕਦਾ, ਹੈ ਨਾ, 10^30 ਕਿਲੋਗ੍ਰਾਮ। ਹੁਣ ਤੁਹਾਨੂੰ ਹਿੰਟ ਮਿਲ ਗਿਆ, ਦੋ ਰਹਿ ਗਏ, ਲਾ ਦੋ ਤੁਕਾ ਹੁਣ ਕਿਹੜਾ, ਹੈ ਨਾ। ਨੈਕਸਟ ਹੈ, ਟਾਈਮ ਇੰਟਰਵਲ ਬਿਟਵੀਨ ਟੂ ਸਕਸੈਸਿਵ ਹਾਰਟਬੀਟ ਇਜ਼ ਆਫ ਦਾ ਆਰਡਰ ਆਫ, ਹੁਣ ਸਾਰੇ ਜਾਣੇ ਆਪਣੀ ਦਿਲ ਦੀ ਧੜਕਣ ਸੁਣੋ, ਹੈ ਨਾ, ਦੇਖੋ ਕਿੰਨਾ ਟਾਈਮ ਲੱਗਦਾ ਹੈ। ਦੋ ਮਤਲਬ ਇੱਕ ਵਾਰ ਧੜਕਣ ਤੋਂ ਬਾਅਦ ਦੂਜੀ ਵਾਰ ਧੜਕਣ ਵੇਲੇ ਤੁਹਾਨੂੰ ਕੀ ਲੱਗਦਾ, ਕਿੰਨਾ ਟਾਈਮ ਹੁੰਦਾ ਹੋਵੇਗਾ? 10 ਸੈਕਿੰਡਸ ਲੱਗਦੇ ਨੇ, 10 ਸੈਕਿੰਡਸ ਦੂਜੀ ਧੜਕਣ ਲੈਣ ਨੂੰ, ਜਾਂ 10^-2 ਸੈਕਿੰਡਸ, ਠੀਕ ਹੈ, ਮਤਲਬ ਇੱਕ ਸਕਿੰਟ ਦਾ ਸੋਵਾਂ ਹਿੱਸਾ, ਜਾਂ 1 ਸਕਿੰਟ ਲੱਗਦਾ ਹੈ, ਜਾਂ 1 ਸਕਿੰਟ ਦਾ 10ਵਾਂ ਹਿੱਸਾ ਲੱਗਦਾ ਹੈ। ਦੇਖੋ ਸਾਰੇ ਬੱਚੇ ਕਰਕੇ ਕੀ ਆਂਸਰ ਹੈ। ਨੈਕਸਟ ਹੈ, ਦ ਨੰਬਰ ਆਫ ਸਿਗਨੀਫਿਕੈਂਟ ਫਿਗਰਸ ਇਨ, ਸਿਗਨੀਫਿਕੈਂਟ ਫਿਗਰਸ ਦੇ ਰੂਲ ਤੁਹਾਨੂੰ ਬੇਟਾ ਲਿਖਵਾਏ ਹੋਏ ਹੈ, ਹੈ ਨਾ, ਨੋਟਸ ਪੜ੍ਹ ਲਓ ਸਾਰੇ ਜਾਣੇ। ਦੇਖੋ ਇਹਦੇ ਵਿੱਚ ਕਿੰਨੀਆਂ ਸਿਗਨੀਫਿਕੈਂਟ ਫਿਗਰ ਨੇ, ਆਪਸ਼ਨ ਹੈ 6, 4, 3 ਜਾਂ 2, ਠੀਕ ਹੈ ਰਾਜੇ। ਨੈਕਸਟ ਹੈ ਬੇਟਾ, ਪਰਸੈਂਟੇਜ ਐਰਰ ਇਨ ਡਿਟਰਮੀਨੇਸ਼ਨ ਆਫ ਜੀ ਵੈਨ ਐਲ ਐਨ ਟੀ ਆਰ ਮੈਜਰਡ ਵਿਦ ਐਰਰ +-1% ਐਂਡ +-2% ਰਿਸਪੈਕਟਿਵਲੀ ਇਜ਼। ਹੁਣ ਐਰਰ ਕਿੱਦਾਂ ਆਪਾਂ ਕੱਢਦੇ ਹਾਂ, ਪਰਸੈਂਟੇਜ ਐਰਰ ਤੁਹਾਨੂੰ ਸਾਰਿਆਂ ਦੇ ਮਾਇੰਡ 'ਚ ਹੋਣਾ ਹੈ, ਫਾਰਮੂਲਾ ਦੇਖ ਲਓ ਫਿਰ ਨੋਟਸ ਕੱਢ ਲਓ, ਠੀਕ ਹੈ। ਐਲ ਦੀ ਪਰਸੈਂਟੇਜ ਐਰਰ, ਟੀ ਦੀ ਪਰਸੈਂਟੇਜ ਐਰਰ, ਦੋਨੋਂ ਗਿਵਨ ਹੈ ਨਾ। ਹੁਣ ਚਾਹੇ ਡਿਵੀਜ਼ਨ 'ਚ ਹੋਣ ਐਰਰਸ, ਚਾਹੇ ਮਲਟੀਪਲੀਕੇਸ਼ਨ 'ਚ ਹੋਣ, ਤੁਹਾਨੂੰ ਪਤਾ ਅਸੀਂ ਐਡ ਕਰਦੇ ਹਾਂ ਉਹਨਾਂ ਨੂੰ, ਠੀਕ ਹੈ। ਹੁਣ ਐਡ ਜਦੋਂ ਇਹਨਾਂ ਦੋਨਾਂ ਨੂੰ ਕਰਨਾ ਹੈ ਤਾਂ ਆਹ ਸਕੁਅਰ ਦਾ ਵੀ ਤਾਂ ਕੁਛ ਕਰਨਾ ਹੈ ਨਾ, ਫਿਰ ਆਹ ਤਾਂ ਕੋਂਸਟੈਂਟ ਕੁਆਂਟੀ ਦੇ ਵਿੱਚ ਤਾਂ ਕੋਈ ਐਰਰ ਹੈ ਹੀ ਨਹੀਂ ਹੈ। ਜਿਹੜਾ ਪਾਵਰ ਹੁੰਦੀ ਹੈ ਉਹ ਅੱਗੇ ਆ ਕੇ ਮਲਟੀਪਲਾਈ ਹੋ ਜਾਂਦੀ ਹੁੰਦੀ ਹੈ ਇਹਦੀ ਐਰਰ ਦੇ ਨਾਲ, ਠੀਕ ਹੈ। ਹੁਣ ਤੁਸੀਂ ਦੇਖੋ ਆਂਸਰ ਕੱਢ ਕੇ ਕਿੰਨਾ ਆਇਆ ਬੇਟੇ। ਨੈਕਸਟ ਹੈ ਰਾਜੇ, ਵਿਚ ਆਫ ਦ ਫੋਲੋਇੰਗ ਇਜ਼ ਡਾਇਮੈਂਸ਼ਨਲ ਵੇਰੀਏਬਲ, ਡਾਇਮੈਂਸ਼ਨਲ ਵੇਰੀਏਬਲ ਮਤਲਬ ਜਿਹੜਾ ਕਿ ਡਾਇਮੈਂਸ਼ਨ ਵੀ ਹੈ ਉਹਦੇ, ਔਰ ਉਹ ਵੇਰੀ ਵੀ ਕਰ ਸਕਦਾ ਹੈ, ਕੋਂਸਟੈਂਟ ਨਹੀਂ ਹੈ, ਜ਼ਰੂਰੀ ਕਿ ਕੋਂਸਟੈਂਟ ਹੀ ਹੋਵੇ। ਆਪਸ਼ਨਸ ਨੇ ਫੋਰਸ, ਐਕਸਪੋਨੈਂਸ਼ੀਅਲ, ਐਂਗਲ, ਵਿਲੋਸਿਟੀ ਆਫ ਲਾਈਟ ਇਨ ਵੈਕਿਊਮ, ਠੀਕ ਹੈ ਬੇਟਾ। ਨੈਕਸਟ ਹੈ ਬੇਟਾ, ਵਿਚ ਆਫ ਦ ਫੋਲੋਇੰਗ ਇਜ਼ ਨੋਟ ਡਾਇਮੈਂਸ਼ਨਲੈਸ, ਹੁਣ ਇੱਕ ਕੁਆਂਟਿਟੀ ਐਸੀ ਹੈ ਜਿਹੜੀ ਡਾਇਮੈਂਸ਼ਨਲੈਸ ਨਹੀਂ ਹੈ, ਡੈਂਸਿਟੀ, ਸਪੈਸੀਫਿਕ ਗ੍ਰੈਵਿਟੀ, ਐਂਗਲ ਐਂਡ ਸਟ੍ਰੇਨ, ਠੀਕ ਹੈ। ਕਿਹੜੀ ਐਸੀ ਕੁਆਂਟਿਟੀ ਹੈ ਜਿਹਦੇ ਡਾਇਮੈਂਸ਼ਨ ਹੁੰਦੇ ਆ, ਤੁਸੀਂ ਟੇਬਲ 'ਚ ਬਣਾਏ ਹੋਏ ਆ, ਉਹ ਤੁਸੀਂ ਆਪਣੇ ਦਿਮਾਗ 'ਚ ਰੱਖ ਕੇ ਉਹ ਆਪਸ਼ਨ ਆਂਸਰ ਦੇਣੀ ਹੈ ਕਿ ਇਹਦੇ ਡਾਇਮੈਂਸ਼ਨ ਹੁੰਦੇ ਆ। ਇਹਦੇ ਨਾਲ ਹੀ ਬੇਟਾ ਇੱਕ ਕੁਐਸਚਨ ਹੋਰ ਤਿਆਰ ਹੋ ਜਾਂਦਾ ਹੈ ਕਿ ਕੋਈ ਦੋ ਕੁਆਂਟਿਟੀਜ਼ ਲਿਖੋ ਜਿਹੜੀਆਂ ਡਾਇਮੈਂਸ਼ਨਲੈਸ ਨੇ, ਫਿਰ ਜਿਹੜੀਆਂ ਬਾਕੀ ਬਚਦੀਆਂ ਨੇ ਨਾ ਤਿੰਨ, ਉਹਨਾਂ ਵਿੱਚੋਂ ਤੁਸੀਂ ਯਾਦ ਰੱਖ ਲੈਣੀਆਂ ਕੋਈ ਦੋ ਕਿ ਇਹ ਡਾਇਮੈਂਸ਼ਨਲੈਸ ਨੇ, ਠੀਕ ਹੈ ਰਾਜੇ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਡਾਇਮੈਂਸ਼ਨਲ ਕੋਂਸਟੈਂਟ, ਡਾਇਮੈਂਸ਼ਨਲ ਕੋਂਸਟੈਂਟ ਕਿਹੜਾ ਨਹੀਂ ਹੈ, ਠੀਕ ਹੈ। ਇੱਕ ਹੁੰਦੇ ਬੇਟਾ ਯੂਨੀਵਰਸਲ ਕੋਂਸਟੈਂਟ, ਇੱਕ ਹੁੰਦੇ ਡਾਇਮੈਂਸ਼ਨਲ ਕੋਂਸਟੈਂਟ, ਠੀਕ ਹੈ ਨਾ। ਮਤਲਬ ਡਾਇਮੈਂਸ਼ਨ ਵੀ ਹੈਗੇ ਆ ਉਹਦੇ, ਅਤੇ ਇੱਕ ਵੈਸੇ ਕੋਂਸਟੈਂਟ ਕੋਈ ਨੰਬਰ ਹੈ, ਡਾਇਮੈਂਸ਼ਨ ਨਹੀਂ ਹੈ ਉਹਦੇ, ਉਹ ਤੁਸੀਂ ਚੂਜ਼ ਕਰਨਾ ਹੈ ਹੁਣ। ਜੀ ਜਿਹੜਾ ਕਿ ਤੁਹਾਡਾ ਯੂਨੀਵਰਸਲ ਕੋਂਸਟੈਂਟ ਫੋਰ ਗ੍ਰੈਵੀਟੇਸ਼ਨਲ ਫੋਰਸ ਹੈ ਨਾ, ਪਾਈ, ਪਾਈ ਤਾਂ ਪਾਈ ਹੈ, ਐਚ ਪਲੈਂਕਸ ਕੋਂਸਟੈਂਟ ਹੈ, ਆਰ ਗੈਸ ਕੋਂਸਟੈਂਟ ਹੈ। ਹੁਣ ਇਹਨਾਂ ਚਾਰਾਂ ਵਿੱਚੋਂ ਕਿਹੜਾ ਹੈ, ਮੈਨੂੰ ਲੱਗਦਾ ਈਜ਼ੀਲੀ ਤੁਸੀਂ ਕੈਪਚਰ ਕਰ ਲਓਗੇ ਕਿਹੜਾ ਹੈ ਜਿਹਦੇ ਡਾਇਮੈਂਸ਼ਨ ਨਹੀਂ ਹੈਗੇ। ਨੈਕਸਟ ਹੈ ਬੇਟਾ, ਮੋਮੈਂਟਮ ਪਰ ਯੂਨਿਟ ਵਾਲੀਅਮ ਹੈਜ਼ ਡਾਇਮੈਂਸ਼ਨਸ, ਮੋਮੈਂਟਮ ਦੇ ਡਾਇਮੈਂਸ਼ਨ ਤੁਹਾਨੂੰ ਪਤਾ ਹੈ ਨਾ, ਪਰ ਯੂਨਿਟ ਵਾਲੀਅਮ ਮਤਲਬ ਮੋਮੈਂਟਮ ਵਟਾ ਵਾਲੀਅਮ ਲਿਖ ਲਓ, ਫਿਰ ਉਹਦੇ ਡਾਇਮੈਂਸ਼ਨ ਬਣਾ ਕੇ ਦੱਸੋ ਕਿੰਨੇ ਬਣੇ ਇਹਦੇ ਵਿੱਚੋਂ, ML T-2, ML T-1, ML -2 T-1 ਜਾਂ ML 2 T-1,
ठीक है बेटा, हुण राजे मेरी यही कोशिश है कि मेरे सारे बच्चे अपने आप ट्राई करते हैं। हुण तुसी सब ने मार्क कर लिया है ना, तुसी ऑप्शंस लिख लिया, सिर्फ 20 क्वेश्चंस तो हैगे, 10 मिनट लगे ने वीडियो बनाने है ना, वीडियो देखने तुहानू, ते तुसी ओ 10 मिनट च अपनी ऑप्शन लिख ली। हुण तुसी चैक करो कि तुहाडे नंबर किन्ने बनदे आ। हुण मैं ऑप्शन दे आंसर बोलने लगी हाँ, बहुत ईमानदारी नाल सारिया ने नंबर लगाने हैं, तो मैं यूट्यूब पर कमेंट करके दसना, मैं वेट कर रही हूँ। ठीक है बेटा, मैनू चलो जे तुसी 50 जने हैगे हो तो मैनू इन्ना पता है कि तुसी विचों 10-12 जने तो कर ही लोगे है ना, हैगे हो इंटेलीजेंट बच्चे मेरे, बहुत बिच बैठे ने। कोशिश बेटा सारे करिया करो, देखो कोशिश करने वालों की हार नहीं होती है ना। सो असी तो सीखना है, ये तो मैं तुम्हें हिंट ही बहुत दिते हुए ने, मैं इदा ही करना है बेटा। मेरा मोटिव की है कि तुसी कॉपी नू खोलो, नोट्स नू इदा ही ना बना बना के रखी जाओ। मैं तुहानू तां दस रही भी आह क्वेश्चन देखने लिए तुसी आह कॉपी खोलो है ना, तुसी आ यूनिट खोलो, तुसी पहला यूनिट खोल लिया, तुसी अलग अलग बार बार देखोगे, कोई पेज आ गया कोई चला गया, अखां च बस जाना है पेज तुहाडे च है ना, कॉपी अखां च बस जानी है बेटे। सब कुछ सानू समझ आना शुरू हो जाना, नीड हुंदी है सिर्फ एक इनिशिएशन दी। मैनू पता है कि एक चिंगारी चाहीदी हुंदी है। बहुत हुशियार है मेरे बच्चे सारे, बहुत वधिया करूंगे तुसी, ठीक है ना बेटे। इसे उम्मीद दे नाल, इसे आस दे नाल, मैं जे मेरे 10-12 बच्चे भी जे बहुत वधिया पढ़न लग पे तो मैनू बहुत खुशी होगी बेटा। ठीक है, होर मैनू कुछ नहीं चाहिए राजे, ठीक है ना। चलो ने फर्स्ट द डी, सेकंड बी, थर्ड ए, फोर्थ सी, फिफ्थ डी, सिक्स डी, सेवेंथ बी, एट्थ बी, नाइन्थ डी, टेंथ बी, इलेवेंथ सी, ट्वेल्थ सी, थर्टींथ डी, फोर्टींथ सी, फिफ्टींथ बी, सिक्सटींथ सी, सेवेंटींथ ए, एटींथ बी, नाइनटींथ सी, ट्वेंटीएथ ए। ठीक है बेटा, चलो इस तरह हूँ मैं फिर नैक्सट वीडियो पावगी सैकेंड यूनिट के विच, उदे विच मैं 10 ही क्वेश्चन कढ़े आ, क्योंकि ना उस मैं थोड़ा जहा टाइम लग जाना है, तुहानू हिंट दिंदे आ, मैं तुहाडे दिमाग दीआं बत्तियां जगाणियां ने। मैनू पता है मेरे बच्चे जिहड़े आ ना वह इंटैलीजेंट बहुत ने, मेरे नालों तां बहुत ज़्यादा इंटैलीजेंट हो तुसी सारे, तुहाडे सोचण दा तरीका ते साडे, असीं तां हुण पुराने हो गए ना बेटा, साडे दिमाग भी पुराने हो गए ना, मेरे बच्चों के तले दिमाग बहुत ने। मैं प्लस टू वालों भी यही कहनी हुंदी आ कि तुसी अगर दिमाग अपना यूज़ करना शुरू करता तो तुसी तां कंप्यूटर तों भी तेज़ हो है ना। सो आपां उहनूं सही चैनल ते लैके आना है अपनी ब्रेन नूं, असीं सीखना है किद्दां करना है। सो दूसरे यूनिट विच बेटा मेरी यही कोशिश है कि मैं तुहाडे मतलब सोचण दा तरीका थोड़ा जिहा उहनूं वास्ट करा। इहदे इस यूनिट विच तां मैक्सीमम क्वेश्चन तुहाडे नॉलेज बेस्ड है जिहड़े तुसी कॉपी चों लभ के देने है ना, या तुसी अपनी समझ दे नाल। ते जिहड़े असीं यूनिट टू करना है उहदे विच जो तुसी जिंदगी च करदे हो प्रैक्टिकली उहदे नाल रिलेटड ज़्यादा क्वेश्चन मैं कोशिश कीती है कि तुहानूं देवां। ठीक है बेटा, चलो थैंक यू वेरी मच, हैव अ नाइस डे मेरे बच्चों, ओके बाय।